ਕੀ ਹੁਣ ਆਪਾਂ ਕਣਕ ਤੇ ਫੰਗੀ ਸੈਡ ਕਰ ਸਕਦੇ ਆ ਕੀ ਕਣਕ ਤੇ ਫੰਗੀ ਸੈਡ ਕਰਨਾ ਜ਼ਰੂਰੀ ਆ ਤਾਂ ਦੋਸਤੋ ਜੇਕਰ ਕਣਕ ਤੇ ਫੰਗੀ ਸੈਡ ਕਰਨਾ ਜ਼ਰੂਰੀ ਆ ਤਾਂ ਕਿਹੜਾ ਫੰਗੀ ਸੈਡ ਕਰਗੇ ਜਿਸ ਨਾਲ ਝਾੜ ਵਧੇ ਹੁਣ ਦੋਸਤੋ ਧਿਆਨ ਦਿਓ ਜਿਨ੍ਹਾਂ ਕਿਸਾਨ ਵੀਰਾਂ ਨੇ ਐਚਡੀ 2851 ਵੈਰਾਈਟੀ ਲਗਾਈ ਆ ਤਾਂ ਜਦੋਂ ਇਹ ਕਣਕ ਗੋਭ ਦੇ ਉੱਪਰ ਆ ਜਾਵੇ ਤਾਂ ਇੱਕ ਫੰਗੀ ਸੈੱਡ ਜ਼ਰੂਰ ਕਰੋ ਕਿਉਂਕਿ ਇਹ ਇੱਕ ਅਜੀਬ ਵੈਰੈਟੀ ਹੈ ਜਿਸ ਉੱਪਰ ਲਗਭਗ ਸਾਰੀਆਂ ਬਿਮਾਰੀਆਂ ਦਾ ਅਟੈਕ ਹੁੰਦਾ ਪੀਲੀ ਗੁੰਗੀ ਤੇ ਪੂਰੀ ਗੁੰਗੀ ਦਾ ਟੈਗ ਬਹੁਤ ਜ਼ਿਆਦਾ ਹੁੰਦਾ ਇਸ ਲਈ ਦੋਸਤੋ ਇਸ ਵੈਰੈਟੀ ਦਾ ਕਦੇ ਵੀ ਰਿਸਕ ਨਾ ਲਓ ਹੁਣ ਦੋਸਤੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਮੈਂ ਤੁਹਾਨੂੰ ਪਤਾ ਕਿ HD 2851 ਕਣਕ ਲਗਾਉਣਾ ਹੀ ਲਗਾਉਣਾ ਇਸ ਲਈ ਮੈਨੂੰ ਦੇਖ ਕੇ ਮੇਰੇ ਹਾਂਡੀ ਗਵੰਡੀਆਂ ਨੇ ਵੀ ਐਚਡੀ 2852 ਵੈਰੈਟੀ ਲਗਾਈ। ਹੁਣ ਮੈਨੂੰ ਤਾਂ ਪਤਾ ਵੀ ਇਸ ਨੂੰ ਹਰੇਕ ਬਿਮਾਰਦ ਦਾ ਅਟੈਕ ਆਉਂਦਾ। ਇਸ ਲਈ ਜੇਕਰ ਆਪਾਂ ਚੰਗਾ ਝਾੜ ਲੈਣਾ ਤਾਂ ਫੰਗੀਸਾਈਡ ਤਾਂ ਜ਼ਰੂਰ ਕਰਨਾ ਪਊਗਾ। ਕਿਉਂਕਿ ਜਦੋਂ ਆਪਣੀ ਕਣਕ ਦੇ ਉੱਪਰ ਕਿਸੇ ਬਿਮਾਰਦ ਦਾ ਅਟੈਕ ਹੀ ਨਾ ਹੋਇਆ। ਝੰਡਾ ਬਤਾ ਆਪਣਾ ਬਿਲਕੁਲ ਹਰਾ ਭਰਾ ਤੇ ਤੰਦਰੁਸਤਾ ਤਾਂ ਮਾ ਸੈਲ ਡੈਮਟਾਬਕ ਆਪਾਂ ਨੂੰ ਝਾੜ ਵਧੀਆ ਮਿਲੂਗਾ ਆਪਣਾ ਝਾੜ ਵਧੂਗਾ ਹੀ ਪਰੰਤੂ ਹੋਇਆ ਕਿ ਮੈਂ ਤਾਂ ਸਪਰੇਅ ਕਰ ਦਿੱਤੀ ਪਰ ਮੇਰੇ ਆਂਡਿਆਂ ਗਮੰਡਿਆਂ ਨੇ ਕਿਸੇ ਨੇ ਵੀ ਸਪਰੇਅ ਨਹੀਂ ਕੀਤੀ ਕਿਉਂਕਿ ਉਸ ਟਾਈਮ ਕੀ ਸੀ ਕਿ ਪੀਲੀ ਕੁੰਗ ਦਾ ਅਟੈਕ ਹੋਇਆ ਹੀ ਨਹੀਂ ਸੀ ਹੁਣ ਦੋਸਤੋ ਮੈਂ ਕਰਤੀ ਪਰ ਤੂੰ ਉਹਨਾਂ ਨੇ ਸਪਰੇਅ ਨਹੀਂ ਕੀਤੀ ਬਾਅਦ ਵਿੱਚ ਕੀ ਹੋਇਆ ਪੀਲੀ ਕੁੰਗ ਦਾ ਅਟੈਕ ਹੋ ਗਿਆ ਫੇਰ ਵੀ ਸਪਰੇ ਨਹੀਂ ਕੀਤੀ ਤੇ ਇੰਨਾ ਜ਼ਿਆਦਾ ਵੱਧ ਗਿਆ ਕਿ ਕਿਉਂਕਿ ਮੇਰੇ ਗਵਾੜ ਦੇ ਵਿੱਚ ਸੀ ਨਾ ਇਹ ਗਣਕ ਤਾਂ ਉਸ ਦੇ ਉੱਪਰ ਮੇਰੀ ਗਣਕ ਤੇ ਦੁਬਾਰਾ ਅਟੈਕ ਸ਼ੁਰੂ ਹੋ ਗਿਆ ਮੈਨੂੰ ਦੁਬਾਰਾ ਫੇਰ ਸਪਰੇ ਕਰਨੀ ਪਈ ਪਰੰਤੂ ਉਹਨਾਂ ਨੇ ਇੱਕ ਵੀ ਸਪਰੇ ਨਹੀਂ ਕੀਤੀ ਤੇ ਹਾਲ ਕੀ ਹੋਇਆ ਕਿ ਹੁਣ ਉਹ 2851 ਕੰਨੀ ਮੂੰਹ ਨਹੀਂ ਕਰਦੇ ਦੋਸਤੋ ਹੁਣ ਗਲਤੀ ਕੀਤੀ ਹੈ ਇਹ ਆਪਣੀ ਵੈਰਾਈਟੀ ਤਾਂ ਕੋਈ ਗਲਤੀ ਨਹੀਂ ਨਾ ਇਸ ਲਈ ਦੋਸਤੋ ਜੇਕਰ ਤੁਸੀਂ ਚੰਗਾ ਝਾੜ ਲੈਣਾ ਚਾਹੁੰਦੇ ਹੋ ਤਾਂ ਜਿੰਨਾ ਕਿਸਾਨ ਵੀਰਾਂ ਨੇ ਐਕਚੁਅਲੀ 2855 ਵੈਰਾਈਟੀ ਲਗਾਈ ਆ ਤਾਂ ਉਹ ਇੱਕ ਫੰਗੀ ਸੈੱਡ ਜ਼ਰੂਰ ਕਰਨ ਪਿਛਲੇ ਸਾਲ ਤੈਰ 3086 ਨੂੰ ਵੀ ਪੀਲੀ ਗੋੰਗੀ ਦਾ ਅਟੈਕ ਹੋ ਗਿਆ ਸੀਗਾ ਇਸ ਲਈ ਦੋਸਤੋ ਜਦੋਂ ਆਪਣੀ ਕਣਕ ਗੋਪ ਦੇ ਉੱਪਰ ਆ ਜਾਵੇ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਯਾਰ ਸਹੀ ਟਾਈਮ ਕਦੋਂ ਫੰਗੀ ਸੈੱਡ ਸਪਰੇਅ ਕਰਨ ਦਾ ਦੋਸਤੋ ਸਭ ਤੋਂ ਬੈਸਟ ਸਹੀ ਟਾਈਮ ਹੈਗਾਗਾ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਦੋਂ ਆਪਣੀ ਕਣਕ ਗੋਭ ਦੇ ਉੱਪਰ ਆ ਜਾਵੇ ਬਿਲਕੁਲ ਆ ਸਟੇਜ ਹੋਵੇ ਜੋ ਤੁਸੀਂ ਦੇਖ ਰਹੇ ਹੋ ਕੋਈ ਕੋਈ ਬੱਲੀ ਬਾਹਰ ਨਿਕਲਦੀ ਹੋਵੇ ਤਾਂ ਇਹ ਸਮਾਂ ਸਭ ਤੋਂ ਬੈਸਟ ਆ ਫੰਗੀਸਾਈਡ ਦੀ ਸਪਰੇਅ ਕਰਨ ਦਾ ਦੋਸਤੋ ਜਿਹੜੇ ਕਿਸਾਨ ਵੀਰ ਮੇਰੀ ਇਹ ਵੀਡੀਓ ਦੇਖ ਰਹੇ ਆ ਉਹ ਕਿਰਪਾ ਕਰਕੇ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹੁਣ ਦੋਸਤੋ ਮੈਨੂੰ ਕਾਫੀ ਸਾਰੇ ਕਮੈਂਟ ਆ ਰਹੇ ਆ ਕੀ ਕਣਕ ਦੇ ਉੱਪਰ ਆਪਾਂ ਟੈਲਟ੍ਰੀ ਸਪਰੇਅ ਕਰਦਗੇ ਕੀ ਕਣਕ ਦੇ ਉੱਪਰ ਆਪਾਂ ਟੈਬੂਕੋਨਾਜ਼ੋਲ ਐਮਿਸਟਰਾ ਟਾਪ ਜਾਂ ਅਪੇਰਾ ਦੀ ਸਪਰੇਅ ਕਰਦਗੇ ਦੋਸਤੋ ਇਹ ਸਾਰੇ ਦੇ ਸਾਰੇ ਸਿਸਟੈਮਿਕ ਫੰਗੀਸਾਈਡ ਆ ਜੋ ਵੀ ਕਰੋਗੇ ਰਿਜ਼ਲਟ ਆਪ ਨੂੰ ਬੈਸਟੀ ਮਿਲਣਗੇ ਸਾਰੇ ਵਧੀਆ ਜਿਹੜਾ ਚੰਗਾ ਲੱਗਦਾ ਕਰ ਦਿਓ ਦੋਸਤੋ ਹੁਣ ਧਿਆਨ ਕੀ ਰੱਖਣਾ ਆਪਣੇ ਕਿਸਾਨ ਵੀਰ ਕੀ ਕਰਦੇ ਆ ਕਿ ਬਾਜ਼ਾਰ ਜਾਂਦੇ ਆ ਉਥੋਂ ਜਿਹੜਾ ਵੀ ਫੰਗੀਸਾਈਡ ਦੇ ਤਾਂ ਉਹ ਹੀ ਕਰ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੰਟੈਕਟ ਆ ਜਾਂ ਸਿਸਟੈਮਿਕ ਆ ਕੰਟੈਕਟ ਤੇ ਸਿਸਟੈਮਿਕ ਦੇ ਵਿੱਚ ਫਰਕ ਕੀ ਆ ਦੋਸਤੋ ਅੱਜ ਟਾਈਮ ਤੇ ਜੋ ਸਥਿਤੀ ਹੋਣਾ ਜਦੋਂ ਆਪਣੀ ਕਣਕ ਗੋਹ ਦੇ ਉੱਪਰ ਆ ਗਈ ਆ ਤਾਂ ਕੰਟੈਕਟ ਫੰਗੀਸਾਈਡ ਨਹੀਂ ਆਪਾਂ ਕਰਨਾ ਆਪਾਂ ਕਿਹੜਾ ਕਰਨਾ ਸਿਸਟੈਮਿਕ ਹਾਂ ਜੇਕਰ ਕੰਟੈਕਟ ਪਲੱਸ ਸਿਸਟੈਮਿਕ ਆ ਤੇ ਬਹੁਤ ਵਧੀਆ ਇਹ ਆਪਾਂ ਕਰ ਸਕਦੇ ਆ ਪਰੰਤੂ ਇਕੱਲਾ ਕੰਟੈਕਟ ਦੀ ਆਪਾਂ ਸਪਰੇ ਨਹੀਂ ਕਰਨੀ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਦੋਸਤੋ ਜੋ ਫੰਗੀਸਾਈਡਾ ਇਸ ਨੂੰ ਜਿਵੇਂ ਐਨਪੀਕੇ 05234 ਜਬ ਬੋਰੋਨਾ ਇਸ ਨਾਲ ਮਿਕਸ ਕਰਕੇ ਨਾ ਕਰੋ ਜੇਕਰ ਆਪਾਂ ਐਨਪੀਕੇ ਇਕੱਲੇ 13045 ਵਰੇ ਕਰ ਰਹੇ ਆ ਨਾ ਤਾਂ ਉਸ ਵਿੱਚ ਮਿਕਸ ਹੋ ਜਾਊਗਾ ਪਰੰਤੂ ਸ਼ਰਤ ਕੀ ਹੈ ਕਿ ਘੋਲ ਅਲੱਗ ਅਲੱਗ ਬਣਾਇਆ ਜਾਵੇ ਦੋਸਤੋ ਤੁਹਾਡੇ ਇੱਕ ਹੋਰ ਜਾਣਕਾਰੀ ਦਿੰਨਾ ਕਿ ਆਪਣੇ ਕਿਸਾਨ ਵੀਰ ਕੀ ਕਰਦੇ ਆ ਕਿ ਜਦ ਆਪਾਂ ਤੱਤਾਂ ਦੀ ਸਪਰੇਅ ਕਰਦੇ ਆ ਸਰੇ ਕੀ ਕਰਦੇ 13045 ਮੈਗਨੀਜ਼ ਬੋਰਨ ਇੱਕੋ ਬਾਲਟੀ ਚ ਪਾਉਂਦੇ ਆ ਤੇ ਘੋਲ ਕੇ ਸਪਰੇਅ ਕਰ ਦਿੰਦੇ ਆ ਦੋਸਤੋ ਅਜਿਹਾ ਨਹੀਂ ਕਰਨਾ ਆਪਾਂ ਚਾਹੇ ਕਿਸੇ ਵੀ ਤੱਤ ਦੀ ਸਪਰੇਅ ਕਰਦੇ ਆ ਕੋਈ ਵੀ ਤੱਤ ਹੋਵੇ ਹਮੇਸ਼ਾ ਘੋਲ ਅਲੱਗ-ਅਲੱਗ ਬਣਾਓ ਕੋਈ ਵੀ ਸਪਰੇਅ ਕਰਦੇ ਆ ਚਾਹੇ ਇਨਸੈਕਟਿਸਾਈਡ ਆ ਚਾਹੇ ਫੰਗੀਸਾਈਡ ਆ ਕੋਲ ਅਲੱਗ-ਅਲੱਗ ਜ਼ਰੂਰ ਬਣਾਓ ਜੇਕਰ ਆਪਾਂ ਚੰਗਾ ਰਿਜ਼ਲਟ ਲੈਣਾ ਤਾਂ ਦੋਸਤੋ ਹੁਣ ਜੇਕਰ ਆਪਣੀ ਕਣਕ ਦੇ ਉੱਪਰ ਕਿਸੇ ਬਿਮਾਰੀ ਦਾ ਅਟੈਕ ਹੋਵੇਗਾ ਹੀ ਨਹੀਂ ਝੰਡਾ ਪੱਤਾ ਆਪਣਾ ਤੰਦਰੁਸਤ ਰਹੂਗਾ ਹਰਾ-ਭਰਾ ਰਹੂਗਾ ਤਾਂ ਮੌਸਮ ਦੇ ਮੁਤਾਬਕ ਕਿ ਜਿਹੇ ਜਿਹੇ ਮੌਸਮ ਹੋਇਆ ਤਾਂ ਆਪਣਾ ਝਾੜ ਵਧੂਗਾ ਹੀ ਘਟਦਾ ਨਹੀਂ ਇਸ ਲਈ ਦੋਸਤੋ ਇੰਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤਾਂ ਦੋਸਤੋ ਜੇਕਰ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਆਪਣੇ ਹੋਰ ਕਿਸਾਨ ਭਰਾਵਾਂ ਨਾਲ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ ਧੰਨਵਾਦ ਦੋਸਤੋ